ਵੀਡੀਓ ਵਿੱਚ ਫੋਰੈਸਟ ਗਾਰਡ ਦੇ ਐਗਜ਼ਾਮ ਦੀ ਫੀਸ ਰਿਲੇਟਡ ਆ ਰਹੀ ਪ੍ਰੋਬਲਮ ਨੂੰ ਆਪਾਂ ਸੋਲਵ ਕਰਾਂਗੇ। ਤਾਂ ਸਭ ਤੋਂ ਪਹਿਲਾਂ ਕਰਨਾ ਕੀ ਆ, ਤੁਸੀਂ ਜੇ ਤੁਹਾਡੀ ਫੀਸ ਅਪਲਾਈ ਨਹੀਂ ਹੋਈ ਤਾਂ ਇਹਨਾਂ ਦੇ ਆਫੀਸ਼ਲ ਵੈਬਸਾਈਟ ਉੱਪਰ ਚਲੇ ਜਾਣਾ। ਉਸ ਤੋਂ ਬਾਅਦ ਆਪਾਂ ਔਨਲਾਈਨ ਐਪਲੀਕੇਸ਼ਨ 'ਤੇ ਕਲਿੱਕ ਕਰ ਲਾਂਗੇ ਐਂਡ ਇੱਥੇ ਨੀਚੇ ਆਪਾਂ ਨੂੰ ਫੋਰੈਸਟ ਰੇਂਜਰ ਦੀ ਪੋਸਟ ਦਾ ਲਿੰਕ ਮਿਲ ਜਾਂਦਾ। ਹੁਣ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਆ ਜਾਂਦਾ, ਨੀਚੇ ਆਪਾਂ ਨੂੰ ਅਪਲੋਡ ਫੋਟੋ ਸਾਈਜ਼ ਐਂਡ ਫੀ ਪੇ ਦਾ ਆਪਸ਼ਨ ਮਿਲ ਜਾਂਦਾ। ਇਸ 'ਤੇ ਕਲਿੱਕ ਕਰ ਲਾਂਗੇ ਅਤੇ ਓਕੇ ਦੇ ਪੋਪਅਪ 'ਤੇ ਕਲੀਅਰ ਕਰ ਦਾਂਗੇ। ਇੱਥੇ ਆਪਣਾ ਰਜਿਸਟ੍ਰੇਸ਼ਨ ਆਈਡੀ ਐਂਡ ਇੱਥੇ ਆਪਣਾ ਪਾਸਵਰਡ ਜਿਹੜੀ ਆਪਣੀ ਡੇਟ ਆਫ ਬਰਥ ਉਹ ਫਿਲ ਕਰਕੇ ਸਬਮਿਟ 'ਤੇ ਕਲਿੱਕ ਕਰਨਾ। ਸੇਮ ਪ੍ਰੋਸੈਸ ਤੁਸੀਂ ਮੋਬਾਈਲ 'ਤੇ ਕਰਨਾ ਦੋਸਤੋ, ਕੰਪਿਊਟਰ 'ਤੇ ਵੀ ਉਵੇਂ ਹੁੰਦਾ ਅਤੇ ਸੇਮ ਮੋਬਾਈਲ 'ਤੇ ਵੀ ਉਸੇ ਤਰ੍ਹਾਂ ਹੋਵੇਗਾ, ਤਾਂ ਕੋਈ ਟੈਨਸ਼ਨ ਨਾ ਮੰਨਿਓ। ਇਸ ਤੋਂ ਬਾਅਦ ਕਲਿੱਕ ਹੇਠ 'ਤੇ ਕਲਿੱਕ ਕਰ ਦਾਂਗੇ। ਹੁਣ ਇੱਥੇ ਆਪਾਂ ਨੂੰ SBI ਦੇ ਪੋਰਟਲ 'ਤੇ ਇਹ ਲੈ ਜਾਂਦੀ ਹੈ। ਹੁਣ ਇੱਥੇ ਕਰਕੇ ਆਪਾਂ ਪ੍ਰੋਸੀਡ ਇੱਥੇ ਟਿੱਕ ਮਾਰ ਲਗਾਉਣੀ ਜ਼ਰੂਰੀ ਹੈ, ਨਹੀਂ ਤਾਂ ਇਹ ਨਹੀਂ ਹੋਵੇਗਾ। ਇੱਥੇ ਪ੍ਰੋਸੀਡ 'ਤੇ ਕਲਿੱਕ ਕਰ ਦਾਂਗੇ। ਇਸ ਤੋਂ ਬਾਅਦ ਕੈਟਗਰੀ ਸਿਲੈਕਟ ਕਰਨੀ ਹੈ, ਕੈਟਗਰੀ ਆਫ ਪੇਮੈਂਟ ਆਪਾਂ ਇੱਥੇ ਫੋਰੈਸਟ ਐਡਵਰਟਾਈਜ ਨੰਬਰ 07/2022 ਪੋਸਟ ਆਫ ਫੋਰੈਸਟ ਡਿਪਾਰਟਮੈਂਟ 'ਤੇ ਕਲਿੱਕ ਕਰ ਦਾਂਗੇ। ਹੁਣ ਇੱਥੇ ਤੁਸੀਂ ਇਹ ਗਲਤੀ ਨਾ ਕਰੋ, ਐਪਲੀਕੇਸ਼ਨ ਨੰਬਰ ਫਿਲ ਕਰਨਾ ਹੈ, ਜਿਹੜਾ ਵੀ ਤੁਹਾਡਾ ਐਪਲੀਕੇਸ਼ਨ ਨੰਬਰ ਐਗਜ਼ਾਮਪਲ ਤੁਹਾਡੇ PSS BJ 07000871 ਇਹ ਕਿਸੇ ਫਰੈਂਡ ਦਾ ਜਿਹੜਾ ਐਪਲੀਕੇਸ਼ਨ ਨੰਬਰ ਹੈ। ਹੁਣ ਤੁਸੀਂ ਡੇਟ ਆਫ ਬਰਥ ਕਿਵੇਂ ਫਿਲ ਕਰਨੀ ਹੈ, ਸਿੰਪਲ ਹੀ ਤੁਸੀਂ ਲਿਖਣੀ ਹੈ ਜੀ ਮੀਨਸ ਦੀ ਡੇਟ ਆਫ ਬਰਥ ਹੈ 6। ਦੇਖੋ ਇਸ ਤਰ੍ਹਾਂ ਤੁਸੀਂ ਫਿਲ ਕਰਨੀ ਹੈ, ਕੋਈ ਸਲੈਸ਼ ਨਹੀਂ ਪਾਉਣਾ, ਕੋਈ ਕੋਮਾ ਇਸ ਦੇ ਵਿੱਚ ਨਹੀਂ ਪਾਉਣਾ। ਓਕੇ, ਇਸ ਤੋਂ ਬਾਅਦ ਸਬਮਿਟ 'ਤੇ ਕਲਿੱਕ ਕਰ ਦਾਂਗੇ ਐਂਡ ਨੈਕਸਟ ਪੇਜ ਆਪਣੇ ਸਾਹਮਣੇ ਇਸ ਤਰ੍ਹਾਂ ਦਾ ਓਪਨ ਹੋ ਜਾਵੇਗਾ। ਦੇਖੋ ਥੋੜ੍ਹਾ ਟ੍ਰੈਫਿਕ ਜ਼ਿਆਦਾ ਹੈ, ਇਸ ਕਰਕੇ ਕਈ ਵਾਰ ਅਰੋਰ ਵੀ ਦੱਸ ਦਿੰਦਾ, ਬਟ ਤੁਸੀਂ 2-3 ਵਾਰ ਲਗਾਤਾਰ ਟਰਾਈ ਕਰੋਗੇ ਤਾਂ ਈਜ਼ੀਲੀ ਜਿਹੜਾ ਇਹ ਜੇ ਪੇਜ ਇਹ ਖੁੱਲ੍ਹ ਜਾਵੇ। 2-3 ਵਾਰ ਟਰਾਈ ਕਰੋ, ਇੱਕ ਵਾਰ ਟਰਾਈ ਕਰਕੇ ਹਾਰ ਨਾ ਮੰਨੋ, ਠੀਕ ਹੈ। ਇਸ ਤੋਂ ਬਾਅਦ ਆਪਣਾ ਨੇਮ, ਡੇਟ ਆਫ ਬਰਥ, ਮੋਬਾਈਲ ਨੰਬਰ ਅਤੇ ਈਮੇਲ ਐਡਰੈਸ ਇੱਥੇ ਆਪਾਂ ਫਿਲ ਕਰ ਲਾਂਗੇ। ਸੇਮ ਕੈਪਚਾ ਫਿਲ ਕਰਨ ਤੋਂ ਬਾਅਦ ਇੱਥੇ ਆਪਾਂ ਦੇਖ ਸਕਦੇ ਹਾਂ ਸੇਮ ਕੈਪਚਾ ਫਿਲ ਕਰ ਦਿੱਤਾ, ਸਬਮਿਟ 'ਤੇ ਆਪਾਂ ਕਲਿੱਕ ਕਰ ਦਾਂਗੇ। ਸਬਮਿਟ 'ਤੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਰਿਸਿਪਟ ਆਪਣੇ ਸਾਹਮਣੇ ਆ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਕਨਫਰਮ 'ਤੇ ਕਲਿੱਕ ਕਰ ਦਾਂਗੇ। ਕਨਫਰਮ 'ਤੇ ਕਲਿੱਕ ਕਰਨ ਤੋਂ ਬਾਅਦ ਹੁਣ ਕਰਨਾ ਕਿ ਨੀਚੇ ਆਪਾਂ ਨੂੰ UPI ਦਾ ਆਪਸ਼ਨ ਮਿਲ ਜਾਂਦਾ ਹੈ। ਈਜ਼ੀ ਸਭ ਤੋਂ ਤਰੀਕਾ ਇਹ UPI ਦਾ, ਕਈ ਵਾਰ ਇਹ ਜਿਹੜਾ ਸਾਈਟ ਇਹਨਾਂ ਦੀ ਜਿਹੜੀ ਪੋਰਟਲ ਹੁੰਦਾ ਇਹ ਬਿਜ਼ੀ ਹੁੰਦਾ, ਬਟ 2-3 ਵਾਰ ਟਰਾਈ ਕਰੋ ਈਜ਼ੀਲੀ ਖੁੱਲ੍ਹ ਜਾਂਦੀ ਹੈ ਇਹ, ਅਤੇ ਫੀਸ ਪੇ ਹੋ ਜਾਂਦੀ ਹੈ। ਇਹਦੇ ਚਾਰਜਸ ਵੀ ਹੈ ਨਹੀਂ ਹੈ, ਅਤੇ ਬਸ ਇੱਕ ਗੱਲ ਨੋਟ ਰੱਖਿਓ, 22 ਮਤਲਬ ਕਿ 10:30 ਤੋਂ ਲੈ ਕੇ 11:30 ਤੱਕ ਜਿਹੜੀ UPI ਇਹ ਅਵੇਲੇਬਲ ਨਹੀਂ ਰਹੇਗੀ, ਕੰਮ ਨਹੀਂ ਕਰੇਗੀ। ਇਸ ਤੋਂ ਇਲਾਵਾ ਤੁਸੀਂ ਡੈਬਿਟ ਕਾਰਡ ਦੇ ਥਰੂ ਵੀ ਫਿਲ ਕਰ ਸਕਦੇ ਹੋ। ਡੈਬਿਟ ਕਾਰਡ ਦੇ ਥਰੂ ਕਿਵੇਂ ਕਰਾਂ ਦੋਸਤੋ, ਤੁਹਾਡੇ ATM ਕਾਰਡ ਉੱਪਰ ਹੈ ਜਿਹੜਾ ਜਿਹੜਾ 12 ਜਾਂ ਆਈ ਥਿੰਕ 14 ਅੱਖਰਾਂ ਦਾ ਨੰਬਰ ਹੁੰਦਾ ਪੂਰਾ, ਉਹ ਫਿਲ ਕਰਨਾ ਹੈ, ਅਤੇ ਆਪਣਾ ਜਿਹੜਾ ਐਕਸਪਾਇਰੀ ਡੇਟ ਹੁੰਦੀ ਹੈ ATM ਦੀ ਉਹ ਫਿਲ ਕਰਨੀ ਹੈ, ਅਤੇ CVV ਨੰਬਰ ਹੁੰਦਾ ਉਹ ਫਿਲ ਕਰਨੀ ਹੈ, ਐਂਡ ਜਿੰਨੀ ਪੇ ਕਰਨੀ ਆਪਾਂ ਫੀਸ ਉਹ ਟਾਈਪ ਕਰ ਦਾਂਗੇ ਅਤੇ ਇੰਟਰ ਕਰ ਦਾਂਗੇ। ਓਕੇ, ਇਸ ਤਰ੍ਹਾਂ ਇਹ ਡੈਬਿਟ ਕਾਰਡ ਤੋਂ ਵੀ ਫਿਲ ਹੋ ਜਾਂਦੀ ਹੈ। ਅਤੇ ਇਸ ਵੀਡੀਓ ਵਿੱਚ ਆਪਾਂ UPI ਦੇ ਥਰੂ ਗੱਲ ਕਰਾਂਗੇ, UPI ਦੇ ਥਰੂ ਕਿਵੇਂ ਅਪਲਾਈ ਕਰਨੀ ਹੈ। ਦੇਖੋ ਇਸ ਤਰ੍ਹਾਂ ਦਾ ਆਪਸ਼ਨ ਆ ਗਿਆ, ਹੁਣ ਕਰਨਾ ਕੀ ਹੈ, ਜਸਟ ਆਪਾਂ QR 'ਤੇ, ਇੱਥੇ QR ਦਾ ਆਪਸ਼ਨ ਮਿਲਦਾ ਹੈ ਨਾ, ਇਸ 'ਤੇ ਆਪਾਂ ਕਲਿੱਕ ਕਰ ਦਾਂਗੇ। QR 'ਤੇ ਕਲਿੱਕ ਕਰਨ ਤੋਂ ਬਾਅਦ ਬਸ ਆਪਾਂ ਜੋ ਵੀ ਆਪਾਂ ਯੂਜ਼ ਕਰਦੇ ਹਾਂ, ਪੇਟੀਐਮ, ਗੂਗਲ ਪੇ, ਫੋਨਪੇ, ਜੋ ਵੀ ਆਪਾਂ ਯੂਜ਼ ਕਰਦੇ ਹਾਂ, ਉਸ ਨਾਲ ਇਸ ਕੋਡ ਨੂੰ ਸਕੈਨ ਕਰ ਲਾਂਗੇ। ਜਿਵੇਂ ਹੁਣ ਐਗਜ਼ਾਮਪਲ ਦੇ ਤੌਰ 'ਤੇ ਮੈਂ ਇਸ ਕੋਡ ਨੂੰ ਸਕੈਨ ਕਰ ਰਿਹਾ ਆਪਣੇ ਮੋਬਾਈਲ ਦੇ ਪੇਟੀਐਮ ਤੋਂ, ਠੀਕ ਹੈ। ਇੱਥੇ ਸਕੈਨ ਹੋ ਚੁੱਕਾ ਹੈ ਅਤੇ ਮੇਰੇ ਕੋਲ ਮੋਬਾਈਲ ਦੇ ਪੇਟੀਐਮ 'ਤੇ ਕੀ ਆ ਗਿਆ, ₹250 ਪੇ ਆ ਗਿਆ, ਜਿਹੜਾ SSB ਬੋਰਡ ਨੂੰ ਆਪਾਂ ਪੇ ਕਰਨੇ ਨੇ। ਅਤੇ ਪੇ 'ਤੇ ਬਟਨ 'ਤੇ ਕਲਿੱਕ ਕਰਨ ਤੋਂ ਬਾਅਦ ਆਪਣਾ ਪਾਸਵਰਡ ਫਿਲ ਕਰਨ ਤੋਂ ਬਾਅਦ ਪੇਟੀਐਮ ਦਾ, ਹੁਣ ਮੈਂ ਓਕੇ 'ਤੇ ਕਲਿੱਕ ਕਰ ਦਿੰਦਾ, ਠੀਕ ਹੈ। ਓਕੇ 'ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਪ੍ਰੋਸੈਸਿੰਗ, ਥੋੜ੍ਹਾ ਜਿਹਾ ਪ੍ਰੋਸੈਸਿੰਗ ਚੱਲ ਰਿਹਾ ਹੈ, ਅਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਈਜ਼ੀਲੀ ਜਿਹੜੀ ਫੀ ਆ ਉਹ ਮੇਰੀ ਪੇ ਹੋ ਚੁੱਕੀ ਹੈ। ਪੇ ਹੋਣ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਪੇਮੈਂਟ ਡਨ ਸਕਸੈਸਫੁਲੀ ਇੱਥੇ ਆ ਗਈ ਹੈ 22 ਜੂਨ 2022 ਨੂੰ 10:52 'ਤੇ ਜਿਹੜੀ ਇਹ ਪੇਮੈਂਟ ਹੋ ਚੁੱਕੀ ਹੈ। ਤਾਂ ਇਹ ਮਤਲਬ ਕਿ ਜਦੋਂ ਤੁਸੀਂ ਪੇ ਕਰੋਗੇ ਤਾਂ ਕੁਝ ਵੀ ਆਪਾਂ ਟੱਚ ਨਹੀਂ ਕਰਨਾ, ਜਾਂ ਬੈਕ ਜਾਣਾ ਹੈ, ਜਾਂ ਅੱਗੇ ਕੋਈ ਹੋਰ ਬਟਨ 'ਤੇ ਕਲਿੱਕ ਕਰਨਾ ਹੈ, ਜਿਸ ਆਪਾਂ ਉੱਥੇ ਹੀ ਪੇਮੈਂਟ ਦੇ ਆਪਸ਼ਨ 'ਤੇ ਖੜ੍ਹੇ ਰਹਾਂਗੇ ਜਿੱਥੋਂ ਆਪਾਂ ਸਕੈਨ ਕਰਿਆ ਸੀ। ਇਸ ਤੋਂ ਬਾਅਦ ਕੀ ਹੈ, ਕਲਿੱਕ ਹੇਅਰ ਟੂ ਰਿਸਿਪਟ ਹੈ ਇਹ, ਇੱਥੇ ਆਪਾਂ ਰਿਸਿਪਟ ਦੇਖ ਸਕਦੇ ਹਾਂ, ਅਤੇ ਰਿਟਰਨ ਟੂ ਜੇ ਜਾਣਾ ਤਾਂ ਉਹ ਕਰ ਸਕਦੇ ਹਾਂ। ਇੱਥੇ ਕੀ ਕਲਿੱਕ ਹੇਅਰ ਟੂ ਵਿਊ ਰਿਸਿਪਟ ਦੀ ਗੱਲ ਕਰ ਲਈ, ਵੀ ਫੀਸ ਪੇ ਕਰਨ ਦੀ ਰਿਸਿਪਟ ਹੈ, ਇਹ ਡਾਊਨਲੋਡ ਵੀ ਹੋ ਜਾਏਗੀ ਅਤੇ ਪ੍ਰਿੰਟ ਕਢਵਾਉਣਾ ਤੁਸੀਂ ਪ੍ਰਿੰਟ ਵੀ ਕਢਵਾ ਸਕਦੇ ਹੋ। ਓਕੇ, ਅਤੇ ਇੱਥੇ ਮੈਂ ਪ੍ਰਿੰਟ ਦੇ ਆਪਸ਼ਨ 'ਤੇ ਲਾ ਕੇ ਡਾਊਨਲੋਡ ਕਰ ਲੈਣਾ, ਜਸਟ ਇਸ ਨੂੰ ਸੇਵ ਐਜ਼ ਏ PDF, ਠੀਕ ਹੈ, ਅਤੇ ਆਪਾਂ ਇਸ ਨੂੰ ਸੇਵ ਕਰ ਲੈਂਦੇ ਹਾਂ।